ਮੈਂ ਤਨਵਦੀ ਹਾਂ ਸਾਡੇ ਪ੍ਰਧਾਨ ਸਾਹਿਬ ਸ਼੍ਰੀ ਰਾਹੁਲ ਗਾਂਧੀ ਜੀ ਦਾ ਜਿਨ੍ਹਾਂ ਨੇ ਇੱਕ ਵਾਰੀ ਫੇਰ ਮੇਰੇ ਉੱਤੇ ਵਿਸ਼ਵਾਸ ਪ੍ਰਗਟ ਕੀਤਾ ਔਰ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੈ ਔਰ ਮੈਂ ਵਿਸ਼ਵਾਸ ਦਵਾਣਾ ਕਿ ਜਿਹੜੀ ਇਹ ਜ਼ਿੰਮੇਵਾਰੀ ਮੇਰੇ ਉੱਤੇ ਦਿੱਤੀ ਹੈ ਉਹਨਾਂ ਦੇ ਵਿੱਚ ਉਹਨਾਂ ਦੀ ਜਿਹੜੀ ਦੁਬਾਰਾ ਮੇਰੇ ਉੱਤੇ ਹੈ ਵਿਸ਼ਵਾਸ ਪ੍ਰਗਟ ਕੀਤਾ ਮੈਂ ਉਹਨਾਂ ਦੇ ਵਿਸ਼ਵਾਸ ਉੱਤੇ ਖਰਾ ਉਤਰਾਂਗਾ ਔਰ ਹਲਕਾ ਸਾਊਥ ਦੀ ਜਿਹੜੀ ਜਨਤਾ ਹੈ ਜਿਹੜੀ ਜਨਤਾ ਜਨਾਰਦਨ ਹੈ ਉਹ ਇੱਕ ਵਾਰੀ ਫੇਰ ਫਤਵਾ ਜਿਹੜਾ ਉਹ ਕਾਂਗਰਸ ਪਾਰਟੀ ਦੇ ਹੱਕ ਵਿੱਚ ਦੇਗੀ ਔਰ ਸੀਟ ਜਿੱਤ ਕੇ ਅ ਅਸੀਂ ਸਾਰੇ ਰਲ ਕੇ ਇਹ ਦੁਬਾਰਾ ਕਾਂਗਰਸੀ ਚੋਲੀ ਵਿੱਚ ਪਾਵਾਂਗੇ ਕਿਹੜੇ ਕਿਹੜੇ ਵਿਕਾਸ ਦੇ ਕੰਮ ਨੇ ਜਿਨ੍ਹਾਂ ਨੂੰ ਨੇਪਰੇ ਚਾੜਿਆ ਜਾਏਗਾ ਜਿਹੜੇ ਕੰਮ ਅਧੂਰੇ ਰਹਿ ਗਏ ਨੇ ਮੈਂ ਦੱਸਣਾ ਚਾਹੁੰਦਾ ਕਿ ਇਹ ਵਿਕਾਸ ਦਾ ਕੰਮ ਕੋਈ ਵੀ ਅਧੂਰਾ ਨਹੀਂ ਰਿਹਾ ਹਾਂ ਪਾਈਪਲਾਈਨ 'ਚ ਜ਼ਰੂਰ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਅਸੀਂ ਸਪੋਰਟ ਸੈਂਟਰ ਬਹੁਤ ਵੱਡੀ ਤਦਦ ਦੇ ਵਿੱਚ ਬਹੁਤ ਵੱਡਾ ਐਕਸਪੋਰਟ ਸੈਂਟਰ ਬਣਾ ਰਹੇ ਹਾਂ ਨੌਜਵਾਨਾਂ ਲਈ ਬੱਚਿਆਂ ਲਈ ਬੱਚਿਆਂ ਲਈ ਔਰ ਉਹਦਾ ਜਿਹੜਾ ਕੰਮ ਆ ਉਹ ਕਾਫੀ ਫਾਈਨਲ ਸਟੇਜਸ ਵਿੱਚ ਹੈਗਾ ਇਸੇ ਤਰ੍ਹਾਂ ਅਸੀਂ ਹਲਕੇ ਦੇ ਵਿੱਚ ਭਗਤਾਵਾਲਾ ਡੰਪ ਹੈ ਉਹਦਾ ਕੰਮ ਵੀ ਜਿਹੜਾ ਉਹ ਚੱਲ ਰਿਹਾ ਔਰ ਜਲਦ ਉਹਦੇ ਵਿੱਚ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਸਾਰੀ ਉੱਥੇ ਫੈਕਟਰੀ ਲੱਗੇਗੀ ਔਰ ਜਿਹੜਾ ਉੱਥੋਂ ਦਾ ਗੰਦਾ ਉਹ ਖਤਮ ਹੋਏਗਾ ਇਸੇ ਤਰ੍ਹਾਂ ਜਿਹੜੇ ਗਲੀਆਂ ਨਾਲੀਆਂ ਸੜਕਾਂ ਦੇ ਕੰਮ ਨੇ ਉਹ ਆਲਮੋਸਟ ਅਸੀਂ 95 96% ਕੰਪਲੀਟ ਕਰ ਲਏ ਨੇ ਔਰ ਜਿਹੜੇ ਕੁਝ ਰਹਿ ਗਏ ਨੇ 4-5% ਉਹਦੇ ਵੀ ਫੰਡਸ ਅਲੋਕੇਟ ਹੋ ਚੁੱਕੇ ਨੇ ਔਰ ਵਰਕ ਆਊਟਰ ਹੋ ਚੁੱਕੇ ਨੇ ਔਰ ਉਹ ਵੀ ਆਪਾਂ ਵੇਖਾਂਗੇ ਕਿ ਆਉਣ ਵਾਲੇ ਸਮੇਂ ਵਿੱਚ ਸਿਰੇ ਚੜ ਜਾਣਗੇ ਬਲਾਰੀਆ ਸਾਹਿਬ ਕਿਹੜੀ ਪਾਰਟੀ ਨੂੰ ਚੁਣੌਤੀ ਸਮਝੋ ਇਸ ਵਾਰ ਤੁਹਾਡੇ ਆਪੋਜ਼ਿਟ ਦੇ ਵਿੱਚ ਆਪ ਵੀ ਹੈ ਬੀਜੇਪੀ ਵੀ ਹੈ ਅਕਾਲੀ ਦਲ ਵੀ ਹੈ ਕਿਹਨੂੰ ਚੁਣੌਤੀ ਸਮਝੋ ਕਿਸੇ ਤਰ੍ਹਾਂ ਦੀ ਕੋਈ ਚੁਣੌਤੀ ਨਹੀਂ ਹੈ ਔਰ ਇਹ ਇੱਕ ਆਮ ਨਾਗਰਿਕ ਪੰਜਾਬ ਦਾ ਜਾਣ ਚੁੱਕਿਆ ਹੈ ਇਹ ਬਾਕੀ ਸਾਰੇ ਡਰਾਮੇ ਕਰਦੇ ਨੇ ਜੋ ਕੰਮ ਸਰਦਾ ਚਰਨਜੀਤ ਸਿੰਘ ਚੰਨੀ ਜੀ ਦੀ ਸਰਕਾਰ ਨੇ ਇਹ ਪਿਛਲੇ 100 ਦਿਨਾਂ ਚ ਕਰਕੇ ਦਿਖਾਇਆ ਉਹ ਲਾਬ ਮਿਸਾਲ ਹੋ ਨਿਭੜਿਆ ਔਰ ਮੈਂ ਸਮਝਦਾ ਕਿ ਜਨਤਾ ਨੇ ਇਹ ਵੇਖ ਲਿਆ ਕਿ ਜਿਹੜੀ ਸਰਕਾਰ 3 ਮਹੀਨੇ ਵਿੱਚ ਇਨਾ ਕੁਝ ਕਰ ਸਕਦੀ ਆ ਜੇ ਉਹਨਾਂ ਨੂੰ ਪੂਰੇ 5 ਸਾਲ ਦਿੱਤੇ ਜਾਣਗੇ ਤੇ ਉਹ ਕਿੰਨਾ ਵਧੀਆ ਕੰਮ ਕਰਨਗੇ ਸੋ ਮੈਨੂੰ ਪੂਰਾ ਵਿਸ਼ਵਾਸ ਆ ਕਿ ਜਨਤਾ ਜਿਹੜੀ ਆ ਉਹ ਕਾਂਗਰਸ ਪਾਰਟੀ ਦੇ ਨਾਲ ਚਟਾਨ ਵਾਂਗ ਖੜੀ ਆ ਔਰ ਜਨਤਾ ਨੂੰ ਵੀ ਇਹ ਮਹਿਸੂਸ ਹੋ ਗਿਆ ਕਿ ਜੇ ਸਹੀ ਬੰਦਾ ਸਹੀ ਕੁਰਸੀ ਉੱਤੇ ਬੈਠਾ ਹੋਵੇ ਤਾਂ ਉਹ ਉਹਨੂੰ ਦੁਨੀਆ ਬਦਲਣ ਚ ਜ਼ਿਆਦਾ ਸਮਾਂ ਨਹੀਂ ਲੱਗਦਾ ਔਰ ਮੈਂ ਸਮਝਦਾ ਕਿ ਜਿਹੜੇ ਅਗਲੇ 5 ਸਾਲ ਨੇ ਉਹ ਬਹੁਤ ਵਧੀਆ ਕਾਂਗਰਸ ਪਾਰਟੀ ਲਈ ਹੋਣਗੇ ਔਰ ਬੜੇ ਵਧੀਆ ਤਰੀਕੇ ਦੇ ਨਾਲ ਅਸੀਂ ਜਨਤਾ ਦੇ ਜਿਹੜੇ ਖਾਪ ਨੇ ਜਿਹੜੇ ਸੁਪਨੇ ਨੇ ਪੰਜਾਬ ਦੇ ਉਹ ਪੂਰੇ ਕਰਨ ਚ ਕਾਮਯਾਬ ਹੋਵਾਂਗੇ